ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜੋ ਆਪਾਂ ਸਵਾਲ ਜਵਾਬਾਂ ਦੀ ਲੜੀ ਸ਼ੁਰੂ ਕੀਤੀ ਹੋਈ ਹੈ, ਅੱਜ ਉਸ ਵਿੱਚ ਆਪਣਾ ਸਵਾਲ ਨੰਬਰ ਹੈ 55। 55ਵਾਂ ਸਵਾਲ ਹੈ, ਗੋਲਕ ਦੇ ਕੀ ਅਰਥ ਹਨ? ਜੋ ਆਪਾਂ ਆਮ ਹੀ ਜਾਣਦੇ ਹਾਂ, ਗੁਰਦੁਆਰੇ ਸਾਹਿਬਾਨਾਂ ਵਿੱਚ, ਮੰਦਰਾਂ ਵਿੱਚ ਗੋਲਕਾਂ ਰੱਖੀਆਂ ਜਾਂਦੀਆਂ ਹਨ, ਉਸਦੇ ਅਰਥ ਕੀ ਹਨ? ਗੋਲਕ ਦੇ ਅਰਥ ਹਨ ਆਵਾਜਾਈ। ਆਵਾਜਾਈ, ਇੱਕ ਥਾਂ ਟਿਕਾ ਕੇ ਨਾ ਰੱਖਣਾ, ਉਸਨੂੰ ਗੋਲਕ ਕਹਿੰਦੇ ਨੇ। ਨੇਤਰ, ਕੰਨ ਆਦਿਕ ਇੰਦਰੀਆਂ ਦੇ ਸ਼ਿਦਰ ਗੁਰਦੁਆਰੇ ਜਾਂ ਗੁਰੂ ਸਾਹਿਬਾਨਾਂ ਨੂੰ ਭੇਟ ਕੀਤੀ ਜਾਣ ਵਾਲੀ ਮਾਇਆ ਨੂੰ ਗੋਲਕ ਰੱਖਣਾ ਕਿਹਾ ਗਿਆ ਹੈ। ਭਾਵ ਆਈ ਮਾਇਆ ਕੋਈ ਜਮ੍ਹਾਂ ਰੱਖਣ ਲਈ ਨਹੀਂ, ਕੋਈ ਜਮ੍ਹਾਂ ਕਰਕੇ ਖਜ਼ਾਨੇ ਵਿੱਚ ਪਾਉਣ ਲਈ ਨਹੀਂ ਜਾਂ ਦਬਾ ਕੇ ਰੱਖਣ ਲਈ ਨਹੀਂ ਹੈ, ਸਿਰਫ ਤੇ ਸਿਰਫ ਵਰਤਣ ਲਈ ਹੈ। ਰਹਿਤਨਾਮਾ ਭਾਈ ਦਇਆ ਸਿੰਘ ਜੀ ਵਿੱਚ ਲਿਖਿਆ ਹੈ ਕਿ ਗੁਰੂ ਦਾ ਸਿੱਖ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੇ। ਗੁਰੂ ਦਾ ਸਿੱਖ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੇ। ਜੋ ਗਰੀਬ ਦੀ ਮਦਦ ਕਰਨੀ ਹੈ ਉਹ ਵੀ ਗੁਰੂ ਦੀ ਗੋਲਕ ਹੈ। ਗੁਰੂ ਪਿਆਰੀ ਸਾਧ ਸੰਗਤ, ਗੁਰੂ ਅੰਗਦ ਦੇਵ ਜੀ ਨੇ ਤਾਂ ਹੁਕਮ ਦੇ ਰੱਖਿਆ ਸੀ ਕਿ ਉਹਨਾਂ ਨੂੰ ਆਈ ਭੇਟਾ ਦਾ ਦੱਸਣਾ ਜਾਂ ਬੇਰਵਾ ਦੇਣਾ ਜਾਂ ਖਰਚ ਸੰਬੰਧੀ ਉਹਨਾਂ ਨਾਲ ਕਦੀ ਕੋਈ ਗੱਲ ਕਰਨ ਦੀ ਲੋੜ ਨਹੀਂ, ਨਾ ਹੀ ਉਹਨਾਂ ਪਾਸ ਇਹ ਜ਼ਿਕਰ ਕੀਤਾ ਜਾਵੇ ਕਿ ਕਿਤਨੀ ਮਾਇਆ ਆਈ ਹੈ ਤੇ ਕਿਤਨੀ ਖਰਚ ਹੋਈ ਹੈ, ਕਿਤਨੀ ਗਈ ਹੈ। ਆਪਣ ਟਿਗ ਮਾਇਆ ਵਿਵਹਾਰ ਜ਼ਿਕਰ ਨਾ ਹੋਣ ਦੇਤ ਕਿਸ ਵਾਰ। ਸੂਰਜ ਪ੍ਰਕਾਸ਼ ਵਿੱਚ ਅੰਕਤ ਹੈ ਗੁਰੂ ਪਿਆਰੋ। ਗੁਰੂ ਅਮਰਦਾਸ ਜੀ ਤਾਂ ਲੰਗਰ ਦੇ ਭਾਂਡਿਆਂ ਨੂੰ ਰਾਤੀ ਮੂਧਾ ਕਰਕੇ ਖਾਲੀ ਕਰਕੇ ਬਰਾਜਦੇ ਸਨ, ਪਾਣੀ ਵੀ ਡੋਲ ਦਿਆ ਕਰਦੇ ਸਨ। ਕਹਿੰਦੇ ਸਨ ਸਵੇਰਾ ਹੋਵੇਗਾ ਫੇਰ ਸਾਰਾ ਕੁਛ, ਫੇਰ ਉਹ ਮਾਲਕ ਭੇਜ ਦੇਵੇ। ਗੁਰੂ ਰਾਮਦਾਸ ਜੀ ਦਾ ਫਰਮਾਨ ਸੀ, ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਜੋ ਸਿੱਖਾਂ ਨੂੰ ਲੋਚੇ ਸੋ ਗੁਰ ਖੁਸ਼ੀ ਆਵੇ। ਜੋ ਸਿੱਖਾਂ ਨੂੰ ਲੋਚੇ ਸੋ ਗੁਰ ਖੁਸ਼ੀ ਆਵੇ, ਭਾਵ ਸਿੱਖ ਨੇ ਸਿੱਖ ਦੀ ਮਦਦ ਕਰਨੀ ਹੈ, ਹਰ ਲੋੜਵੰਦ ਦੀ ਮਦਦ ਕਰਨੀ ਹੈ, ਹਰ ਪ੍ਰਾਣੀ ਦਾ ਉਦਰ ਪੂਰਨਾ ਕਰਨੀ ਹੈ, ਹਰ ਪ੍ਰਾਣੀ ਦੀ ਵੱਧ ਤੋਂ ਵੱਧ ਸਹਾਇਤਾ ਕਰਨੀ ਹੈ, ਲੋੜਵੰਦ ਦੀ ਸਹਾਇਤਾ ਕਰਨੀ ਹੈ, ਕਿਸੇ ਦਾ ਮਖੌਲ ਨਹੀਂ ਅਡਾਉਣਾ। ਗੁਰੂ ਹਰਗੋਬਿੰਦ ਜੀ ਨੇ ਬਹੁਤ ਗੁੱਸਾ ਕੀਤਾ ਸੀ ਜਦ ਭਾਈ ਕੱਟੂ ਨੂੰ ਉਸਦੇ ਸ਼ਹਿਦ ਮੰਗਣ ਤੇ ਸਿੱਖ ਨੇ ਇਹ ਕਹਿ ਦਿੱਤਾ, ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਸ਼ਹਿਦ ਸਿਰਫ ਗੁਰੂ ਲਈ ਹੀ ਹੈ, ਇਹ ਸ਼ਹਿਦ ਸਿਰਫ ਗੁਰੂ ਲਈ ਹੈ। ਗੁਰੂ ਹਰਗੋਬਿੰਦ ਜੀ ਬਾਰੇ ਲਿਖਿਆ ਹੈ, ਕੋਸ਼ ਦੇਸ ਕੁਝ ਟਿਗਨਾ ਰੱਖੇ ਹੈ, ਆਵਤ ਲੱਖੋ ਖਰਚ ਕਰੇ ਹੈ। ਲੱਖਾਂ ਰੁਪਏ ਆਉਂਦੇ ਤੇ ਲੱਖਾਂ ਹੀ ਖਰਚ ਕਰ ਦਿੰਦੇ, ਕੋਲ ਨਹੀਂ ਕੋਈ ਵੀ ਪੈਸਾ ਰੱਖਦੇ ਸਨ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਬਚਨ ਹੈ ਬੜਾ ਹੀ ਸੁੰਦਰ, ਦਾਨ ਦਿਓ ਇਨ ਹੀ ਕੋ ਭਲੋ, ਦਾਨ ਦਿਓ ਇਨ ਹੀ ਕੋ ਭਲੋ, ਔਰ ਕੋ ਦਾਨ ਨਾ ਲਾਗਤ ਨੀ ਕੋ, ਔਰ ਕੋ ਦਾਨ ਨਾ ਲਾਗਤ ਨੀ ਕੋ। ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਸੀ ਗੁਰੂ ਪਿਆਰਿਓ। ਤਨਖਾਹ ਨਾਮਾ ਦੇ ਵਿੱਚ ਦਰਜ ਹੈ, ਗੋਲਕ ਰਾਖੇ ਨਾਹੇ ਜੋ ਛਲਕਾ ਕਰੇ ਵਪਾਰ, ਗੋਲਕ ਰਾਖੇ ਨਾਹੇ ਜੋ ਛਲਕਾ ਕਰੇ ਵਪਾਰ, ਕਹੇ ਗੋਬਿੰਦ ਸਿੰਘ ਲਾਲ ਜੀ ਭੋਗੇ ਨਰਕ ਹਜ਼ਾਰ। ਤਨਖਾਹ ਨਾਮਾ ਵਿੱਚ ਅੰਕਤ ਹੈ, ਇਸ ਨੂੰ ਆਪਾਂ ਇੱਕ ਦਫਾ ਫੇਰ ਦੁਹਰਾ ਲਈਏ, ਗੋਲਕ ਰਾਖੇ ਨਾਹੇ ਜੋ ਛਲਕਾ ਕਰੇ ਵਪਾਰ, ਕਹੇ ਗੋਬਿੰਦ ਸਿੰਘ ਲਾਲ ਜੀ ਭੋਗੇ ਨਰਕ ਹਜ਼ਾਰ। ਉਹ ਪ੍ਰਾਣੀ ਨਰਕ ਹੀ ਭੋਗਦਾ ਹੈ ਜੋ ਗੋਲਕ ਦੇ ਪੈਸਿਆਂ ਨੂੰ ਵਰਤਦਾ ਹੈ, ਜੋ ਗੋਲਕ ਦੇ ਪੈਸਿਆਂ ਨੂੰ ਆਪਣੇ ਨਿੱਜ ਲਈ ਵਰਤਦਾ ਹੈ। ਇਹ ਸਿਰਫ ਗੁਰਦੁਆਰਾ ਸਾਹਿਬਾਨਾਂ ਲਈ, ਗਰੀਬ ਲੋਕਾਂ ਲਈ, ਹਸਪਤਾਲਾਂ ਵਾਸਤੇ, ਸਕੂਲਾਂ ਵਾਸਤੇ, ਜੋ ਵੀ ਮਾਇਆ ਆਉਂਦੀ ਹੈ
ਇਹ ਖਰਚ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਸਾਡੇ ਸਕੂਲ ਹੋਣ, ਸਾਡੇ ਵੱਧ ਤੋਂ ਵੱਧ ਦੁਨੀਆਂ ਵਿੱਚ ਹਸਪਤਾਲ ਹੋਣ ਤਾਂ ਕਿ ਉੱਥੇ ਗਰੀਬ ਦੀ ਮਰੀਜ਼ ਦੀ ਸਹਾਇਤਾ ਕੀਤੀ ਜਾ ਸਕੇ। ਇਹ ਲੋੜ ਹੈ ਸਮੇਂ ਦੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਮਾਫ ਕਰਨਾ, ਆਪ ਜੀ ਨੇ ਹੋਈਆਂ ਭੁੱਲਾਂ ਮਾਫ ਕਰ ਦੇਣੀ ਆ, ਝੋਲੀ ਵਿੱਚ ਪਾ ਦੇਣੀ, ਅੱਗੇ ਵਾਸਤੇ ਅਰਦਾਸ ਕਰਨੀ, ਦਾਸਾਂ ਨੂੰ ਕੁਝ ਕਹਿਣ ਦਾ ਬਲ ਆ ਜਾਵੇ। ਅੱਜ ਦਾ ਜੋ ਪ੍ਰਸ਼ਨ ਹੈ ਸੀ 55ਵਾਂ, ਹੁਣ ਆਵੇਗਾ 56 ਨੰਬਰ ਦਾ ਪ੍ਰਸ਼ਨ। ਗੁਰੂ ਪਿਆਰਿਓ, ਆਪ ਜੀ ਨੇ ਜੋ ਗੁਰਮਤ ਸਾਂਝ ਡਾਕਟਰ ਸੁਖਪਾਲ ਸਿੰਘ ਚੈਨਲ ਹੈ ਯੂਟਿਊਬ ਤੇ, ਉਸ ਨੂੰ ਸਬਸਕ੍ਰਾਈਬ ਕਰ ਲੈਣਾ, ਲਾਈਕ ਕਰ ਲੈਣਾ, ਸ਼ੇਅਰ ਕਰ ਲੈਣਾ, ਇਸੇ ਤਰ੍ਹਾਂ ਪਿਆਰ ਬਖਸ਼ਦੇ ਰਹਿਣਾ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।